ਫਗਵਾੜਾ ਦੇ ਮੁਹੱਲਾ ਭਗਤਪੁਰ ਦੇਰ ਰਾਤ ਸ਼ਾਮ ਨੂੰ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ। ਝਗੜੇ ਤੋਂ ਬਾਅਦ ਦੋਨਾਂ ਧਿਰਾਂ ਦਾ ਆਪਸ ਵਿੱਚ ਫੈਸਲਾ ਸਰਬਜੀਤ ਕੌਰ ਐਨਸੀ ਨੇ ਕਰਾ ਦਿੱਤਾ ਸੀ। ਕੁਝ ਸੱਟਾਂ ਲੱਗਣ ਤੋਂ ਬਾਅਦ ਇੱਕ ਧਿਰ ਦੀਪਕ ਨਾਮ ਦੇ ਲੜਕੇ ਨੂੰ ਸਿਵਲ ਹਸਪਤਾਲ ਇਲਾਜ ਲਈ ਲਿਜਾਇਆ ਜਾ ਰਿਹਾ ਸੀ ਤੇ ਰਸਤੇ ਵਿੱਚ ਫਿਰ ਦੁਬਾਰਾ ਦੂਜੀ ਧਿਰ ਨੇ ਉਸਦੇ ਅਤੇ ਉਸਦੀ ਮਾਤਾ ਨੂੰ ਘੇਰ ਲਿਆ ਤੇ ਉਹਨਾਂ ਤੇ ਬੇਸਬਾਲ ਅਤੇ ਕੜਿਆਂ ਦੇ ਨਾਲ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਅਤੇ ਉਹਨਾਂ ਨੇ ਇਹ ਵੀ ਆਰੋਪ ਲਗਾਇਆ ਕਿ 5 ਤੋਂ 7 ਹਜ਼ਾਰ ਦੀ ਨਗਦੀ ਲੈ ਕੇ ਫਰਾਰ ਹੋ ਗਏ। ਕੀ ਹੋਇਆ, ਲੜਾਈ ਝਗੜਾ ਤੁਹਾਡਾ ਕਿੱਦਾਂ ਹੋਇਆ? ਲੜਾਈ ਝਗੜਾ ਮੇਰੇ ਬੇਟੇ ਨੂੰ ਮਾਰਨ ਆਏ ਸੀਗੇ, ਮੈਂ ਚਲਾਣ ਦਿੰਦੇ ਸੀ ਤਾਂ ਇਹਨਾਂ ਨੇ ਮਾਰ ਕੁੱਟ ਇਹਨਾਂ ਨੇ ਲੇਡੀਜ਼ ਨੇ ਕੀਤੀ, ਤਾਂ ਮੇਰਾ ਹਸਬੈਂਡ ਤਾਂ ਲੈ ਕੇ ਮੁੰਡੇ ਨੂੰ ਹੋਸਪਿਟਲ ਆ ਗਏ ਸੀ ਅਤੇ ਇਹਨਾਂ ਨੇ ਮੇਰੇ ਸਭ ਤੋਂ ਇਹਨਾਂ ਦੀ ਲੇਡੀਜ਼ ਨੇ ਤਾਂ ਇਹਨਾਂ ਦੇ ਘਰ ਵਾਲਾ ਆਸ ਹੋ ਗਿਆ ਤਾਂ ਨਾ ਉਹਨੇ ਪਤਾ ਨਹੀਂ ਮੇਰੇ ਦਿਲ ਨੂੰ ਮਾਰਿਆ, ਮੇਰੀ ਲੱਤਾਂ ਕਿਸੇ ਨੇ ਸੱਟਾਂ ਲੱਗੀਆਂ ਸੀ। ਇਹ ਨਾਮ ਤੁਹਾਨੂੰ ਪਤਾ ਬੰਦਿਆਂ ਜਿਹਨੇ ਕੁੱਟਮਾਰ ਕੀਤੀ? ਇੱਕ ਤਾਂ ਆਸ਼ੂ ਹੈ, ਇੱਕ ਉਹਦੀ ਘਰਵਾਲੀ ਹੈ, ਫੋਨ ਇੱਕ ਉਹਦੀ ਥਾਣੇ ਨੇ। ਕਿੰਨੇ ਜਣੇ ਸੀ ਟੋਟਲ ਰਾਤੀ? ਟੋਟਲ ਸੀਗੇ 4-5 ਤਾਂ ਮੈਂ ਨਹੀਂ ਸੀਗੇ, ਬਾਕੀ ਹੋਰ ਉਹਨਾਂ ਦੀ ਕੋਈ ਗਿਣਤੀ ਪਤਾ ਪਤਾ ਨਹੀਂ ਕੀ ਸੀਗੀ। ਕਿਹੜੀ ਚੀਜ਼ ਨਾਲ ਮਾਰ ਕੀਤਾ ਤੁਹਾਡੇ 'ਤੇ ਉਹਨਾਂ ਨੇ? ਇਹਨਾਂ ਨੇ ਇੱਟਾਂ ਰੋੜੇ ਮਾਰੇ। ਉੱਥੇ ਸਤਰਾਮਪੁਰੇ ਹੋਈ ਲੜਾਈ ਹੈ? ਨਹੀਂ, ਭਗਤਪੁਰੇ। ਹਾਂਜੀ, ਪੈਸੇ ਵੀ ਗਏ ਸਾਡੇ ਕੋਲ 5-7 ਹਜ਼ਾਰ ਰੁਪਈਆ, 10 ਹਜ਼ਾਰ ਇਹਨਾਂ ਨੇ ਬਹੁਤ ਲੁੱਟ ਖੋਹ ਕਰਕੇ ਸਾਡੇ ਕੋਲ ਖੋਹ ਲਏ। ਕਿਹਨਾਂ ਨੇ ਖੋਏ? ਕਿਹਨਾਂ ਨੇ ਇਹ? ਇਹ ਪੂਨਮ ਦੇ ਘਰ ਵਾਲਾ ਆਇਆ ਸੀ, ਪਠਾਣੀ, ਤਿੰਨ ਲੇਡੀਜ਼ ਦਾ ਚੱਕਾ ਜੈਂਟਸ। ਕੀ ਮੰਗ ਕਰਦੇ ਹੋ ਤੁਸੀਂ? ਮੇਰਾ ਨਾਂ ਆ, ਠੀਕ ਹੈ ਜੀ। ਇਹ ਨਾ ਮੈਂ ਬਾਈ ਆ ਰਹੇ ਹੋਸਪਿਟਲ ਨੂੰ, ਇਹਨਾਂ ਨੇ ਪਹਿਲਾਂ ਕੁੱਟਿਆ ਮੈਨੂੰ, ਮੁੰਡਿਆਂ ਨੇ 7-8 ਜਣਿਆਂ ਨੇ ਬੜੀ ਸੀ। ਅਤੇ ਮਹਾਰਾਜ ਜੀ ਮੈਂ ਆ ਰਿਹਾ ਜੀ, ਆ ਭਰਾ ਮੇਰਾ ਲੈ ਕੇ ਆ ਰਿਹਾ ਹੋਸਪਿਟਲ। ਇਹਨਾਂ ਨੇ ਫਿਰ ਰਸਤੇ 'ਚ ਘੇਰ ਕੇ ਫਿਰ ਸਾਡੇ ਮੁੰਡੇ ਮਾਰੇ। ਕੀ ਨਾਮ ਮੁੰਡਿਆਂ ਦਾ ਜਿਹੜਾ ਕੁੱਟਿਆ? ਅਰੇ ਮਣੀ ਹੈ ਜੀ, ਇੱਕ ਦਾ ਨਾਂ ਜੀ ਡਿੱਚ, ਇੱਕ ਜੀ ਇਹਨਾਂ ਦਾ ਆਸ਼ੂ ਆ ਜੀ। ਕਿੱਥੇ ਦੇ ਰਹਿਣ ਵਾਲੇ? ਇਹ ਇੱਥੇ ਭਗਤਪੁਰੇ ਦੇ ਰਹਿਣ ਵਾਲੇ। ਇਹ ਲੜਾਈ ਹੋਈ ਗਲੀ? ਇਹ ਲੜਾਈ ਹੋਈ ਜੀ। ਮੈਂ ਜਿੱਦਾਂ ਮਤਲਬ ਐਮ ਸੀ ਦਾ ਮੁੰਡਾ ਸੀਗਾ, ਨਾ ਉਹਨੂੰ ਮੈਂ ਛੁਡਾਉਣ ਕਿਤੇ ਗਿਆ ਹੂੰਗਾ, ਇਹਨਾਂ ਕਿਹਾ ਕਿ ਇਹ ਵੀ ਪਿੱਛੇ ਹੀ ਆ, ਉਹਨਾਂ ਨੇ ਮੇਰੇ ਮਾਰ ਦਿੱਤੇ, ਕੜੇ ਕੁੜੇ ਮਾਰਨੇ ਸ਼ੁਰੂ ਕਰ ਦਿੱਤੇ। ਪੁਲਿਸ ਕੰਪਲੇਂਟ ਕੀਤੀ? ਹਾਂਜੀ। ਉਸ ਤੋਂ ਬਾਅਦ ਦੂਜੀ ਧਿਰ ਦਾ ਅਭੀ ਨਾਮ ਦਾ ਨੌਜਵਾਨ ਵੀ ਸਿਵਲ ਹਸਪਤਾਲ ਵਿਖੇ ਦਾਖਲ ਹੋਇਆ। ਜਦੋਂ ਉਸਨੂੰ ਪੁੱਛਿਆ ਗਿਆ ਤਾਂ ਅਭੀ ਨੇ ਕਿਹਾ ਕਿ ਮੈਂ ਕੰਮ ਤੋਂ ਆਇਆ ਸੀ ਅਤੇ ਮੰਨੇ ਨਾਮ ਦੇ ਯੁਵਕ ਨੇ ਮੈਨੂੰ ਘਰੋਂ ਬੁਲਾ ਕੇ ਮੇਰੇ ਪਿੱਠ 'ਤੇ ਦੀਪਕ ਅਤੇ ਮੰਨੇ ਨੇ ਖੰਡੇ ਅਤੇ ਕੜੇ ਮਾਰ ਦਿੱਤੇ ਅਤੇ ਮੇਰੀ ਗੱਡੀ ਭੰਨਣ ਲੱਗੇ। ਮੈਂ ਅੱਗੇ ਹੋਇਆ ਤਾਂ ਮੇਰੇ ਸਿਰ ਵਿੱਚ ਕੜਾ ਮਾਰ ਦਿੱਤਾ ਅਤੇ ਮੇਰੇ ਪੈਸੇ ਅਤੇ ਸੋਨੇ ਦੀ ਚੈਨ ਖੋਹ ਕੇ ਲੈ ਗਏ। ਉਸਨੇ ਇਹ ਵੀ ਕਿਹਾ ਕਿ ਮੈਂ ਕੋਈ ਪੈਸੇ ਨਹੀਂ ਖੋਏ ਅਤੇ ਮੁਹੱਲੇ ਦੇ CCTV ਕੈਮਰੇ ਦੇਖ ਸਕਦੇ ਹੋ। ਬਾਈ ਪਰਸੋਂ ਰਾਤੀ ਮਤਲਬ ਅਤੇ ਮੁੰਡੇ ਆਪਾਂ ਖੜ੍ਹੇ ਸੀਗੇ ਯਾਰ, ਜਦੋਂ ਐਕਸੀਡੈਂਟ ਹੋ ਗਿਆ ਆਪਾਂ ਉੱਥੇ ਜਾਣਾ ਸੀਗਾ ਅਤੇ ਹੈ ਨਾ ਇਹ ਮੰਨਾ ਕਹਿੰਦਾ ਜਿਹਦੇ ਜਿਹਦੇ ਮੋਟਰਸਾਈਕਲ ਖੜ੍ਹੇ ਆ ਕਹਿੰਦਾ ਭੰਨਣੇ ਆ। ਮੈਂ ਫਿਰ ਹੈ ਨਾ ਮੇਰਾ ਯਾਰ ਦੋਸਤ ਮਨੀ ਤਾਂ ਇਹ ਗਏ ਉਹਨਾਂ ਨੂੰ ਪੁੱਛਿਆ ਕਿ ਹਾਂ ਕੀ ਤੂੰ ਕਹਿੰਦਾ ਮੋਟਰਸਾਈਕਲ ਭੰਨਣੇ ਆ, ਉਹ ਕਹਿੰਦਾ ਭਾਈ ਮੇਰੀ ਤੈਨੂੰ ਕੋਈ ਗੱਲਬਾਤ ਹੈ ਨਹੀਂ। ਫਿਰ ਮੰਨੇ ਦੀ ਮੰਮੀ ਆਏ, ਉਹਨਾਂ ਨੇ ਸਲਾਹ ਮਤਲਬ ਸਾਡਾ ਆਪੇ ਦੀ ਫੈਸਲਾ ਕਰਾਤਾ, ਗੱਲ ਹੋ ਗਈ ਸੋਲਵ। ਫਿਰ ਮੈਂ ਕੰਮ ਤੋਂ ਆਇਆ ਅਤੇ ਹੈ ਨਾ ਮੈਂ ਗੱਡੀ ਖੜ੍ਹੀ ਕੀਤੀ ਅਤੇ ਉਸ ਤੋਂ ਬਾਅਦ ਨਾ ਮੰਨੇ ਨੇ ਮੈਨੂੰ ਪਾਇਆ ਕਹਿੰਦਾ ਮਨੀ ਗੱਲ ਸੁਣੀ, ਮੈਂ ਕਿਹਾ ਹਾਂ ਮਨੇ ਭਰਾ ਦੱਸ। ਅਤੇ ਉਸ ਤੋਂ ਬਾਅਦ ਮਾਰੇ ਇਹਨਾਂ ਨੇ ਮੇਰੇ ਨਾਲ ਪੇਟ 'ਤੇ ਖੰਡੇ ਖੁੰਡੇ ਮਾਰੇ ਅਤੇ ਸਿਰ ਜਿਉਂ ਗੱਡੀ ਭੰਨਣ ਲੱਗੇ, ਮੈਂ ਮੋਹਰੇ ਚੱਲ ਗਿਆ, ਸਿਰ 'ਚ ਕੜਾ ਮਾਰਿਆ। ਫਿਰ ਮੈਨੂੰ ਪਤਾ ਨਹੀਂ ਲੱਗਾ ਚੈਨ ਸੀਗੀ ਅਤੇ ਨਾਲੇ ਥੋੜ੍ਹੇ ਬਹੁਤੇ ਪੈਸੇ ਸੀਗੇ ਉਹ ਹੋ ਗਏ ਅਤੇ ਨਾਲੇ ਬਸ ਆਹੀ ਕੁਛ ਹੋਇਆ। ਨਾਲੇ ਫਿਰ ਕੋਈ ਆਇਆ ਨਹੀਂ, ਨਾਲੇ ਇੱਕ ਮੰਨਾ ਸੀਗਾ ਦੀਪਕ ਸੀਗਾ ਅਤੇ ਇੱਕ ਕੀ ਉਹਨੂੰ ਕਹਿੰਦੇ ਸੁੱਖਾ ਅਰਦਾਸਪੁਰ ਦਾ ਸੀਗਾ ਅਤੇ ਇੱਕ ਹੋਰ ਕੁਛ ਸੀ ਦੀਪੂ ਸੀਗਾ ਭਾਈ, 4-5 ਦੇ ਅਣਛਾਤੇ ਸੀਗੇ, ਮੈਨੂੰ ਪਤਾ ਨਹੀਂ ਲੱਗਾ। ਬਸ ਆਹੀ ਕੁਛ ਹੈ, ਨਾਲੇ ਮੇਰਾ ਫੋਨ ਟੁੱਟ ਗਿਆ। ਬਸ ਇੱਦਾਂ ਕੁਛ ਨਹੀਂ, ਉਹਨਾਂ ਨੇ ਰੋਕ ਲਾਇਆ ਤੁਹਾਡੇ 'ਤੇ ਮੇਰਾ 5-7 ਹਜ਼ਾਰ ਲੈ ਗਏ? ਨਹੀਂ ਭਾਈ, ਆਪਾਂ ਕੁਛ ਨਹੀਂ, ਇੱਥੇ ਮਹੱਲੇ ਦੇ ਹੈਗੇ, ਉਹਨਾਂ ਨੂੰ ਪੁੱਛ ਸਕਦੇ ਹਾਂ। ਕੈਮਰੇ ਵਿੱਚ ਰਿਕੋਰਡਿੰਗ ਹੈਗੀ, ਗਲੀ 'ਚ ਲੱਗਾ ਜਿੱਥੇ ਮੇਰਾ ਕੁੱਟਮਾਰ ਹੋਈ ਉਹਦੇ ਦੇਖ ਸਕਦੇ ਹੋ। ਇਸ ਸਾਰੇ ਮਾਮਲੇ ਦੀ ਜਾਂਚ ਪੁਲਿਸ ਕਰ ਰਹੀ ਹੈ। ਫਗਵਾੜਾ ਤੋਂ ਮਨੂ ਚਾਵਲਾ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ TV। ਹੁਣ ਵਧੀਆ HD ਕੁਆਲਿਟੀ ਦੇ ਦੇਸ਼ ਵਿਦੇਸ਼ ਬ੍ਰੌਡਕਾਸਟਿੰਗ ਲਈ ਲਾਈਵ ਬ੍ਰੌਡਕਾਸਟ ਲਈ ਅੱਜ ਹੀ ਕਾਲ ਕਰੋ ਹਰਦੀਪ ਸਿੰਘ ਧੱਗੜ ਨੂੰ 99154-23251।